ਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ? ਆਸਿਆ ਤੁਸੀਂ ਸਾਰੇ ਚੜ੍ਹਦੀ ਕਲਾ ਛੱਪੀ? ਹਾਂਜੀ, ਆਪਾਂ ਤਾਂ ਹੈਗੇ ਨਜ਼ਾਰੇ 'ਚ ਆ, ਅਤੇ ਮੈਂ ਅੱਜ ਇੱਕ ਕੰਮ ਆਇਆ ਸੀ ਥੋੜ੍ਹਾ ਜਿਹਾ, ਉੱਥੇ ਤੁਹਾਨੂੰ ਦਿਖਾਉਣਾ, ਅਤੇ ਪਤਾ ਨਹੀਂ ਟਾਊਨ ਕਿਹੜਾ ਆ, ਮੈਂ ਦੱਸਣਾ ਨਹੀਂ ਹੈਗਾ ਕਿਉਂਕਿ ਜਾਣ ਕੇ ਨਹੀਂ ਦੱਸਣਾ, ਕਿਉਂਕਿ ਤੁਹਾਨੂੰ ਐਂਡ 'ਚ ਦੱਸ ਦੂੰਗਾ, ਚੱਲ ਇੱਦਾਂ ਕਰਦੇ ਹਾਂ, ਐਂਡ 'ਚ ਦੱਸ ਦੇਵਾਂਗੇ, ਉਦੋਂ ਤੱਕ ਤੁਸੀਂ ਗੈਸ ਕਰੋ, ਜਿਹਨੂੰ ਪਤਾ ਆ ਉਹ ਥੱਲੇ ਕਮੈਂਟ ਕਰ ਦਿਓ, ਅਤੇ ਚੀਟਿੰਗ ਨਹੀਂ ਕਰਨੀ ਹੈਗੀ, ਕਿਉਂਕਿ ਇੱਦਾਂ ਹੁੰਦਾ ਕਈ ਵਾਰੀ ਤੁਸੀਂ ਵੀਡੀਓ ਲਾਸਟ 'ਤੇ ਦੇਖ ਕੇ ਫਿਰ ਕਹਿ ਦਿੰਦੇ ਹੁੰਦੇ ਕਿ ਆਇਆ, ਹੈ ਨਾ, ਉੱਦਾਂ ਨਹੀਂ ਕਰਨਾ। ਇੱਕ ਮਿੰਟ, ਥੋੜ੍ਹਾ ਜਿਹਾ ਇਹਦਾ ਫਰੇਮ ਵੱਡਾ ਕਰ, ਅਤੇ ਇਹ ਤੁਹਾਨੂੰ ਦੇਖ ਕੇ ਪਤਾ ਲੱਗੂਗਾ ਕਿ ਕਿਹੜਾ ਟਾਊਨ ਆ, ਹੈ ਨਾ, ਜੇ ਤੁਸੀਂ ਇੱਥੇ ਆਏ ਆ ਫਿਰ ਤੁਹਾਨੂੰ ਇੱਕ ਮਿੰਟ 'ਚ ਪਤਾ ਲੱਗ ਜਾਣਾ ਕਿ ਕਿਹੜਾ ਟਾਊਨ ਆ, ਪਰ ਜੇ ਤੁਸੀਂ ਕਦੇ ਆਏ ਨਹੀਂ ਹੈਗੇ ਫਿਰ ਥੋੜ੍ਹਾ ਜਿਹਾ ਔਖਾ ਲੱਗਣਾ, ਪਰ ਹੈਗਾ ਸੋਹਣਾ ਆ ਯਾਰ, ਬਿਲਡਿੰਗਾਂ ਜੀ ਬੜੀਆਂ ਪੁਰਾਣੀਆਂ ਪੁਰਾਣੀਆਂ ਬਿਲਡਿੰਗਾਂ, ਪਰ ਵਧੀਆ ਲੱਗਦਾ ਦੇਖਣਾ, ਇੱਥੇ ਖੜ੍ਹ ਕੇ ਇੱਦਾਂ ਬੰਦਾ ਘੁੰਮੇ, ਜਿੱਦਾਂ ਫਿਲਮਾਂ 'ਚ ਨਹੀਂ ਉਹ ਘੁੰਮਦੇ ਹੁੰਦੇ ਹੱਥ ਜਿਹਾ ਪਰੇ ਨੂੰ ਕਰਕੇ, ਆਈ ਮੀਨ ਖਿਲਾਰ ਕੇ ਹੱਥ ਜਿਹਾ, ਸਾਰੀਆਂ ਬੈਂਕਾਂ ਹੈਗੀਆਂ। ਬੈਂਕ ਕਿਹੜੀ ਕਿਹੜੀ ਆ ਮੇਰੇ ਪਿੱਛੇ, ਮੈਂ ਤੁਹਾਨੂੰ ਦਿਖਾਉਣਾ, ਇੱਧਰ ਹੈਗੀ ਲੋਇਡਸ ਬੈਂਕ, ਠੀਕ ਆ, ਆਹ ਹੈਗੀ ਲੋਇਡਸ ਬੈਂਕ, ਆਹ ਹੈਗੀ HSBC ਬੈਂਕ, ਆਹ ਹੈਗੀ ਬਾਰਕਲੇ ਬੈਂਕ, ਠੀਕ ਆ। ਬੈਂਕਾਂ ਵਾਲੀ ਤਾਂ ਅੱਤ ਕਰਾਈ ਪਈ ਯਾਰ ਇੱਥੇ, ਇੱਕ ਮਿੰਟ, ਉਹ ਹੈਗੀ ਆ ਨੈਟਵੈਸਟ ਬੈਂਕ, ਨਾਲੇ ਤੁਸੀਂ ਕਹਿੰਦੇ ਹੁੰਦੇ ਨਾ ਬੈਂਕਾਂ ਦਾ ਨਹੀਂ ਪਤਾ ਲੱਗਦਾ, ਸਾਰੀਆਂ ਬੈਂਕਾਂ ਹੈਗੀਆਂ ਇੱਥੇ, SBI ਬੈਂਕ ਵੀ ਹੈਗੀ ਇੰਡੀਆ ਵਾਲੀ, ਆਹ ਬੱਸ ਜਾਂਦੀ ਆ, ਠੀਕ ਆ, ਆਹ ਬੰਦਾ ਬੈਠਾ ਘੋੜੇ 'ਤੇ, ਠੀਕ ਆ, ਪਤਾ ਨਹੀਂ ਕੌਣ ਆ ਜੀ, ਚਲੋ ਛੱਡੋ, ਆਹ ਇੱਕ ਬੈਂਕ ਹੋਰ ਆ ਟੈਲੀਫੈਕਟ ਬੈਂਕ, ਇੱਕ ਉੱਧਰ ਹੈਗੀ ਆ ਕੋਆਪਰੇਟਿਵ ਬੈਂਕ, ਅਤੇ ਉਹ ਤੋਂ ਅੱਗੇ ਹੈਗੀ ਆ ਕੀ ਕਹਿੰਦੇ ਹੁੰਦੇ ਨੇਸ਼ਨ ਵਾਈਡ ਬੈਂਕ, ਠੀਕ ਆ, ਪਹਿਲਾਂ ਦੇਖੀ ਸੀਗੀ ਤਾਂ ਉਹ ਵੀ ਹੈਗੀ ਆ। ਇੱਕ ਹੈਗੀ ਆ ਮੈਟਰੋ ਬੈਂਕ, ਉਹ ਦੇਖੋ ਦੋ ਬੈਂਕ ਹੁੰਦੇ ਦੀਆਂ, ਜਿਹੜੀ ਆ ਕਿੱਥੇ ਗਿਆ ਮੈਂ ਕਿੱਥੇ ਆ, ਜਿਹੜੀ ਆਹ ਹੈਗੀ ਆ ਇਹ ਹੈਗੀ ਆ ਮੈਟਰੋ ਬੈਂਕ, ਅਤੇ ਆਹ ਹੈਗੀ ਆ ਜਿਹੜੀ ਉੱਥੇ ਆ ਉਹ ਹੈਗੀ ਆ ਉਹ ਵਾਲੀ ਨੇਸ਼ਨ ਵਾਈਡ ਬੈਂਕ। ਸੋ ਆਈ ਥਿੰਕ ਤੁਹਾਨੂੰ ਬੈਂਕਾਂ ਦਾ ਥੋੜ੍ਹਾ ਜਿਹਾ ਆਈਡੀਆ ਹੋ ਗਿਆ ਹੁਣ ਕਿ ਕਿੰਨੀਆਂ ਕੁ ਬੈਂਕਾਂ ਇੱਥੇ, ਹੈ ਨਾ, ਦੇਖ ਲਓ ਪਤੰਦਰੋ ਇੰਨੀਆਂ ਬੈਂਕਾਂ ਆ ਇੱਥੇ, ਅਤੇ ਤੁਸੀਂ ਐਵੇਂ ਕਹਿੰਦੇ ਰਹਿੰਦੇ ਆ ਕਿ ਬੈਂਕਾਂ ਹੈ ਨਹੀਂ, ਕਿਹੜੀ ਬੈਂਕ 'ਚ ਅਕਾਊਂਟ ਖੁਲਾਈਏ, ਜਿਹੜੀ ਮਰਜ਼ੀ ਖੁਲਾਓ ਤੁਸੀਂ, ਤੁਹਾਨੂੰ ਕੋਈ ਨਹੀਂ ਰੋਕਦਾ ਹੈਗਾ। ਹਾਂਜੀ, ਮੈਨੂੰ ਪਤਾ ਨਹੀਂ ਮੈਂ ਕਿੱਥੇ ਸੀਗਾ, ਮੈਂ ਤੁਹਾਨੂੰ ਬੈਂਕਾਂ ਬਾਰੇ ਦੱਸਦਾ ਸੀਗਾ, ਹੈ ਨਾ, ਉਹਦੇ ਲਈ ਇਹ ਆ ਕਿ ਇੱਥੇ ਬੈਂਕਾਂ ਮੈਂ ਤੁਹਾਨੂੰ 8-10 ਦਿਖਾਤੀਆਂ, ਇੱਕ ਰਹਿ ਗਈ ਸੀਗੀ ਪਿੱਛੇ, ਉਹ ਹੈਗੀ ਯੋਰਕਸ਼ਾਇਰ ਬਿਲਡਿੰਗ ਸੋਸਾਇਟੀ, ਠੀਕ ਹੈ, ਇਹਨੂੰ ਫਾਇਦਾ ਜ਼ੂਮ ਕਰ ਲੈਣਾ, ਅਤੇ ਅੱਜ ਜਿਹੜੀ ਕੈਮਰਾ ਮੈਨ ਨਹੀਂ ਹੈਗਾ, ਅੱਜ ਕੈਮਰਾ ਲੇਡੀ ਆ, ਠੀਕ ਹੈ, ਇਹਨੇ ਮੈਨੂੰ ਹੈਲਪ ਕੀਤੀ ਆ, ਅਤੇ ਇੱਥੇ ਦੋ ਸਟੂਡੈਂਟ ਸੀਗੀਆਂ ਸੰਗ ਦੀਆਂ ਸੀ, ਕਹਿੰਦੇ ਅਸੀਂ ਨਹੀਂ ਆਉਣਾ, ਮੇਰਾ ਸਿਰ ਤਾਂ ਨਹੀਂ ਕੱਟੀ ਜਾਂਦੀ, ਬਾਅਦ 'ਚ ਗਾਲਾ ਪੋਕਟ ਨਹੀਂ ਆ ਲੋਕਾਂ ਨੇ, ਨਹੀਂ 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 ਪੂਰੀ ਆਉਂਦੀ, ਠੀਕ ਹੈ, ਅਤੇ ਇਹਨਾਂ ਨੇ ਮੈਨੂੰ ਹੈਲਪ ਕੀਤੀ, ਉਹਦੇ ਲਈ ਪਹਿਲਾਂ ਤਾਂ ਇਹਨਾਂ ਦਾ ਥੈਂਕ ਯੂ, ਠੀਕ ਹੈ। ਬਾਕੀ ਆਪਾਂ ਆਲਵੇਜ਼ ਕਹਿੰਦੇ ਹੁੰਦੇ ਕਿ ਪ੍ਰਾਈਵੇਸੀ ਇਸ ਕੰਟਰੀ ਦੇ ਵਿੱਚ ਪਹਿਲੀ ਚੀਜ਼ ਆ, ਜੇ ਕੋਈ ਨਹੀਂ ਆਉਣਾ ਚਾਹੁੰਦਾ, ਜੇ ਕੋਈ ਨਹੀਂ ਸਾਹਮਣੇ ਆਉਣਾ ਚਾਹੁੰਦਾ ਉਹ ਨਾ ਆਵੇ, ਇਹ ਹਮੇਸ਼ਾ ਹੀ ਮੇਰੀ ਰਹੀ ਹੈ, ਅਤੇ ਮੈਨੂੰ ਕੋਈ ਸ਼ੌਂਕ ਨਹੀਂ ਹੁੰਦਾ ਕਿ ਕਿਸੇ ਨੂੰ ਫੜ ਫੜ ਕੇ ਮੁੰਡੇ ਨੂੰ ਜਾਂ ਕੁੜੀ ਨੂੰ ਉਹਦੇ ਲਈ ਵੀਡੀਓ ਬਣਾਉਣੀ, ਨਹੀਂ, ਆਪਾਂ ਇਨਫੋਰਮੇਸ਼ਨ ਆਪਣੀ ਐਕਸਪੀਰੀਅੰਸ ਸ਼ੇਅਰ ਕਰਦੇ ਹਾਂ, ਉਹ ਹਮੇਸ਼ਾ ਕਰੀ, ਠੀਕ ਹੈ। ਅਤੇ ਸੈਕਿੰਡ ਚੀਜ਼ ਹੈਗੀ ਆ, ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਤੁਸੀਂ ਜਦੋਂ ਮਰਜ਼ੀ ਕੋਂਟੈਕਟ ਕਰ ਸਕਦੇ ਹੋ, ਇੰਸਟਾਗ੍ਰਾਮ ਦੇ ਉੱਪਰ, ਫੇਸਬੁੱਕ ਦੇ ਉੱਪਰ, ਆਪਾਂ ਹਮੇਸ਼ਾ ਹੀ ਤੁਹਾਡੇ ਲਈ ਹੈਲਪ ਕਰੀਦੀ ਆ, ਅਤੇ ਚਾਹੇ ਤੁਸੀਂ ਕਿਸੇ ਵੀਜ਼ੇ 'ਤੇ ਆਉਣਾ, ਚਾਹੇ ਤੁਸੀਂ ਉੱਦਾਂ ਹੀ ਆਉਣਾ, ਚਾਹੇ ਤੁਸੀਂ ਉੱਦਾਂ ਹੀ ਬਲੌਗ ਦੇਖਦੇ ਆ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ, ਠੀਕ ਹੈ। ਅਤੇ ਬੈਂਕਸ ਕਾਫੀ ਹੈਗੀਆਂ, ਮੈਂ ਹਾਂ ਮੈਨੂੰ ਚਿੱਤਾ ਆ ਗਿਆ ਮੈਂ ਕੀ ਗੱਲ ਕਰਦਾ ਸੀਗਾ, ਆਪਾਂ ਗੱਲ ਕਰਦੇ ਸੀ ਇੰਟਰਸਟ ਰੇਟ ਦੀ, ਜਿਵੇਂ ਆਪਾਂ ਨੂੰ ਇੰਡੀਆ ਦੇ ਵਿੱਚ ਹੁੰਦਾ ਨਾ, ਆਪਾਂ ਨੂੰ 6% 7% ਇੰਟਰਸਟ ਰੇਟ ਮਿਲਦਾ ਆ, ਪਰ ਇੱਥੇ ਥੋੜ੍ਹਾ ਹੁੰਦਾ, ਇੱਥੇ ਥੋੜ੍ਹਾ ਕਿਉਂ ਹੁੰਦਾ, ਇਹਨਾਂ ਦਾ ਉੱਦਾਂ ਹੀ ਸਰ ਜਾਂਦਾ ਇੰਟਰਸਟ ਦੇ ਦਿੱਤਾ, ਇਹਨਾਂ ਨੂੰ ਵਾਲੇ ਪੈਸੇ ਦੀ ਲੋੜ ਨਹੀਂ ਹੈਗੀ, ਇਹਨਾਂ ਨੂੰ ਪਤਾ ਕਿ ਜੇ ਆਪਾਂ ਇੱਥੇ ਰਹਿਣਾ ਆ ਪੈਸੇ ਆਪਾਂ ਮੱਲੋ ਮੱਲੀ ਇੱਥੇ ਹੀ ਰੱਖਣੇ ਆ, ਕਿਤੇ ਆਪਾਂ ਨਹੀਂ ਲੈ ਕੇ ਜਾਣੇ ਹੈਗੇ, ਠੀਕ ਆ, ਇਸ ਕਰਕੇ ਜੇ ਬਹੁਤ ਵੱਡਾ ਫਰਕ ਆ। ਪਰ ਜਿਹੜੇ 7% ਵਾਲੇ ਆ ਉਹਨਾਂ ਵੀ ਘੁੰਮਣ ਪਿੱਛੇ ਜਾਂਦੇ ਵਿੱਚ, ਜਦੋਂ ਸਾਰੇ ਪੈਸੇ ਰੱਖੇ ਰਖਾਏ ਰਹਿ ਗਏ ਅਤੇ ਕਿਸੇ ਦੇ ਹੱਥ ਹੀ ਨਹੀਂ ਆਏ ਹੈਗੇ, ਸੋ ਇਹ ਚੀਜ਼ਾਂ ਮਾਈਨਸ ਪਲੱਸ ਬੈਨੀਫਿਟ ਅਨਬੈਨੀਫਿਟ ਮਿਲਦਾ ਰਹਿੰਦਾ, ਹੈ ਨਾ, ਉਹਦੇ ਲਈ ਪੈਸੇ ਜ਼ਰੂਰਤ ਆ, ਜਿੰਨੇ ਉਨੇ ਕੀ ਕੋਲ ਰੱਖੋ, ਬਾਕੀ ਜ਼ਰੂਰਤ ਨਹੀਂ ਹੈਗੀ, ਇੱਥੇ ਬਾਹਲੇ ਪੈਸੇ ਨਹੀਂ ਆਉਂਦੇ। ਅਤੇ ਇੱਕ ਦੋ ਸਟੂਡੈਂਟਸ ਦੀ ਮੈਨੂੰ ਪਤਾ ਲੱਗਾ ਕਿ ਉਹ ਪੈਸੇ ਉਹਨਾਂ ਦੇ ਚੋਰੀ ਹੋ ਜਾਂਦੇ ਆ, ਫੜਦਾ ਕੌਣ ਆ, ਨਾਲ ਦੇ ਕਰਦੇ ਆ, ਠੀਕ ਆ। ਉਹ ਤੁਹਾਨੂੰ ਬੇਨਤੀ ਹੈ ਕਿ ਆਪਣਾ ਪਹਿਲਾਂ ਫਟਾਫਟ ਆ ਕੇ ਆਪਣਾ ਅਕਾਊਂਟ ਖੁਲਾਓ ਅਤੇ ਅਕਾਊਂਟ ਦੇ ਵਿੱਚ ਪੈਸੇ ਰੱਖੋ, ਆਪਣੇ ਬਾਹਰ ਨਾ ਲਈ ਕਰੋ, ਜੇਬਾਂ 'ਚ ਨਾ ਲਈ ਕਰੋ, ਇੱਥੇ ਪੋਕਟ ਇੱਦਾਂ ਪਤਾ ਨਹੀਂ ਲੱਗਦਾ ਹੈਗਾ ਕਦੋਂ ਫੜ ਲੈਂਦੇ ਆ। ਅਤੇ ਹੁਣ ਟਿਪੀਕਲ ਬ੍ਰਿਟਿਸ਼ ਵੈਦਰ ਆ, ਜਿਹੜੇ ਹਿਸਾਬ ਨਾਲ ਹਮੇਸ਼ਾ ਹੀ ਹੁੰਦਾ ਆ, ਹੈ ਨਾ, ਤੁਹਾਨੂੰ ਦਿਖਾਤਾ ਆ ਕਿ ਵੈਦਰ ਆ ਗਿਆ, ਮੀਂਹ ਆ ਗਿਆ ਆ, ਅਤੇ ਕੈਮਰੇ ਦੇ ਉੱਪਰ ਵੀ ਮਾੜੀਆਂ ਮਾੜੀਆਂ ਛਿੱਟਾਂ ਜਿਹੀਆਂ ਪੈ ਗਈਆਂ ਲੱਗਦੀਆਂ। ਸੋ ਇਸ ਲਈ ਆਪਾਂ ਵੀਡੀਓ ਨੂੰ ਇੱਥੇ ਆਪਾਂ ਰੋਲ ਓਵਰ ਕਰ ਦੇਣਾ,
ਫਿਨਿਸ਼ ਕਰ ਦੇਣੀ ਆ ਅਤੇ ਚੈਨਲ ਨੂੰ ਪਿਆਰ ਕਰਨ ਦੇ ਲਈ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਬਲੈਤਰੀ ਬਲੈਤਰਾਂ ਨੂੰ ਅੱਜ ਇਹ ਸਪੈਸ਼ਲ ਬਲੈਤਰ ਨੇ ਵੀ ਜਿਹੜੀ ਦੰਦ ਕੱਢਦੀ ਹੈ ਅਤੇ ਸਾਰਿਆਂ ਨੂੰ ਮੇਰੇ ਕੋਲ ਸਤਿ ਸ਼੍ਰੀ ਅਕਾਲ ਜੀ। ਆਹ ਦੇਖ ਲਓ ਇੱਥੇ ਹੈ ਨਾ ਕੰਮ ਚੱਲਦਾ ਰੋਡ ਵਰਕ ਸੋਰੀ ਇੱਥੇ ਕੰਮ ਠੀਕ ਕਰਦੇ ਆ ਹੈ ਨਾ ਟੈਲਾਂ ਜੀਆਂ ਅਤੇ ਉਹ ਐਨ ਪ੍ਰੋਪਰ ਫੈਂਸ ਲਾਈ ਹੋਈ ਆ ਲਿਖਿਆ ਹੋਇਆ ਆ ਇੱਧਰ ਦੀ ਨਹੀਂ ਜਾਣਾ ਹੈਗਾ ਹੈ ਨਾ ਅਤੇ ਇੱਦਾਂ ਨਹੀਂ ਹੈਗਾ ਕਿ ਜਿੱਥੇ ਜਿਹਦਾ ਜੀ ਕਰਦਾ ਉਹੀ ਸਾਰਾ ਕੁਛ ਕਰੀ ਜਾਂਦਾ ਅਤੇ ਕਾਫੀ ਜ਼ੋਰਾਂ ਸ਼ੋਰਾਂ ਦੇ ਨਾਲ ਕੰਮ ਚੱਲਦਾ ਅਤੇ ਮੈਂ ਤੁਹਾਨੂੰ ਉੱਧਰ ਵੀ ਮਾੜਾ ਜਿਹਾ ਦਿਖਾ ਦਿੰਦਾ ਇੱਥੋਂ ਹੀ ਫੜ ਕੇ ਦਿਖਾ ਦਿੰਦਾ ਉਹ ਦੇਖ ਲਓ ਬਲੂ ਜਿਹਾ ਸਾਈਨ ਵੀ ਲੱਗਾ ਕਿ ਕਿੱਥੋਂ ਤੁਰ ਕੇ ਜਾਣ ਵਾਲਿਆਂ ਨੇ ਜਾਣਾ ਹੈ ਨਾ ਤਾਂ ਇਹਨਾਂ ਨੇ ਪ੍ਰੋਪਰ ਪੀਲੇ ਕੱਪੜੇ ਪਾਏ ਹੋਏ ਆ ਸੇਫਟੀ ਦਾ ਪੂਰਾ ਧਿਆਨ ਆ ਹਾਂ ਇਹਨਾਂ ਦੀ ਟਰੱਕ ਜਿਹਾ ਖੜਾ ਆ ਇੱਥੇ ਇੱਦਾਂ ਦਾ ਹਾਈ ਸਟਰੀਟ ਦਾ ਨਜ਼ਾਰਾ ਹੁੰਦਾ ਮੀਂਹ ਆ ਗਿਆ ਯਾਰ ਵਿੱਚ ਹੀ ਹੈ ਨਾ ਅਤੇ ਚਲੋ ਫਿਰ ਦੇਖਦੇ ਹਾਂ ਆਪਾਂ ਆਹ ਜਿਹੜੀ ਨੈਸ਼ਨ ਮੈਡ ਬੈਂਕ ਕਹਿੰਦਾ ਸੀ ਮੈਂ ਉਹ ਆ ਇੱਕ ਬੈਂਕ ਹੋਰ ਰਹਿ ਗਈ ਸੀ ਯਾਰ ਬੈਂਕਾਂ ਦਾ ਇੱਥੇ ਗਾੜੇ ਆਹ ਹੈਗੀ ਮੈਟਰੋ ਬੈਂਕ ਇਹ ਸੰਡੇ ਨੂੰ ਵੀ ਖੁੱਲ੍ਹੀ ਹੁੰਦੀ ਯਾਰ ਆਹ ਹੈਗੀ ਟੀ ਐੱਸ ਬੀ ਬੈਂਕ ਠੀਕ ਹੈ ਬੈਂਕਾਂ ਦੀ ਤਾਂ ਇੱਥੇ ਇੱਦਾਂ ਆ ਪੈਸੇ ਚਾਹੀਦੇ ਆ ਬੈਂਕਾਂ ਬਥੇਰੀਆਂ ਆ ਸੋ ਪੈਸੇ ਹੈਗੇ ਆ ਤਾਂ ਬੈਂਕਾਂ ਦੇ ਵਿੱਚ ਜਦੋਂ ਮਰਜ਼ੀ ਰੱਖ ਲਓ ਅੱਜ ਹਾਂਜੀ ਬੈਂਕੋ ਬੈਂਕ ਹੋ ਗਿਆ ਅੱਜ ਵਾਲਾ ਬਲੌਗ ਤਾਂ ਹੈ ਨਾ ਅਤੇ ਥੋੜ੍ਹੀਆਂ ਜਿਹੀਆਂ ਚੀਜ਼ਾਂ ਰਹਿ ਗਈਆਂ ਸੀ ਮੈਨੂੰ ਇੱਥੇ ਲੱਗੀਆਂ ਦੇਖਣ ਨੂੰ ਅਤੇ ਮੈਂ ਕਿਹਾ ਚੱਲ ਉਹ ਵੀ ਐਡ ਕਰ ਦਿੰਦੇ ਨਾਲ ਹੈ ਨਾ ਅਤੇ ਆਹ ਸ਼ਾਪਾਂ ਆ ਬੀ ਐੱਨ ਐੱਮ ਆਹ ਵੀ ਕਾਫੀ ਵਧੀਆ ਸਟੋਰ ਹੁੰਦਾ ਆ ਜੇ ਤੁਹਾਨੂੰ ਇੱਥੋਂ ਚੀਜ਼ਾਂ ਚਾਹੀਦੀਆਂ ਹੈ ਨਾ ਇਹਦੇ ਵਿੱਚ ਕੀ ਹੁੰਦਾ ਗਰੋਸਰੀ ਹੁੰਦੀ ਛੋਟੀਆਂ ਮੋਟੀਆਂ ਘਰ ਦੀਆਂ ਚੀਜ਼ਾਂ ਹੁੰਦੀਆਂ ਠੀਕ ਹੈ ਅੰਦਰ ਪਤਾ ਨਹੀਂ ਯਾਰ ਜਾਣ ਦੇਣਗੇ ਕਿ ਨਹੀਂ ਇਸ ਲਈ ਆਪਾਂ ਜਾਣਾ ਨਹੀਂ ਹੈਗਾ ਆਹ ਦੇਖ ਲਓ ਪੈਸੇ ਮੰਗਣ ਲੱਗਾ ਇੱਥੇ ਆਹ ਫਾਰਮੇਸੀ ਹੈ ਇੱਥੇ ਬਿਊਟੀ ਦਾ ਸਮਾਨ ਇੱਦਾਂ ਦੀਆਂ ਚੀਜ਼ਾਂ ਦਾ ਸਮਾਨ ਮਿਲ ਜਾਂਦਾ ਚਲੋ ਹੁਣ ਮੈਂ ਲੱਗਾ ਬੰਦ ਕਰਨ ਦੌੜੀਏ ਠੰਡ ਲੱਗਦੀ ਆ ਅਤੇ ਨਾਲੇ ਲੱਗਦੀ ਆ ਮੀਂਹ ਪੈਂਦਾ ਉੱਤੇ ਓਕੇ ਬਾਏ ਬਾਏ ਚੰਗਾ ਜੀ ਫਿਰ ਕਿਸੇ ਬਲੌਗ ਦੇ ਵਿੱਚ ਮਿਲਾਂਗੇ ਤੁਹਾਨੂੰ ਅਤੇ ਅੱਜ ਇੰਨਾ ਹੀ ਸੀਗਾ ਚੰਗ ਆਸ ਆ ਤੁਹਾਨੂੰ ਚੰਗਾ ਲੱਗੂਗਾ ਅਤੇ ਫਿਰ ਮਿਲਦੇ ਹਾਂ ਜੀ ਆਹ ਲੈ ਇੱਕ ਬੈਂਕ ਹੋਰ ਰਹਿ ਗਈ ਯਾਰ ਵਾਕਈ ਕਿੰਨੀਆਂ ਬੈਂਕਾਂ ਹੈ ਨਾ ਆਹ ਸੈਂਟੈਂਡਰ ਬੈਂਕ ਆ ਸੋ ਇਹ ਵੀ ਇੱਕ ਬੈਂਕ ਹੈਗੀ ਆ ਅਤੇ ਇੱਕ ਹੁੰਦੀ ਆ ਵੈਸ ਬ੍ਰਹਮ ਸੁਸਾਇਟੀ ਇੱਦਾਂ ਉਹ ਵੀ ਹੁੰਦੀ ਆ ਸੋ ਤੁਸੀਂ ਕਹਿਣਾ ਫਿਰ ਮੁੜਿਆ ਨਾ ਬੈਂਕਾਂ ਮੇਰੇ ਮੋਹਰੇ ਮੋਹਰੇ ਆਈ ਜਾਂਦੀਆਂ ਮੈਂ ਕੀ ਕਰਾਂ ਚੇਤਾ ਆ ਜਾਂਦਾ ਹੈ ਨਾ ਅਤੇ ਸੱਚੀ ਹੁਣ ਠੰਡ ਲੱਗਦੀ ਆ ਚੰਗਾ ਜੀ ਅਤੇ ਉਹ ਫਿਰ ਅਜਾਜ ਤਾਂ ਫਿਰ ਮਿਲਦੇ ਹਾਂ ਕਿਸੇ ਅਗਲੇ ਮਹੀਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।